ਖੁੱਲੜ ਪੀਜ਼ੇ ਵਾਲਿਆਂ ਦੀ ਵੀਡੀਓ ਜਿਸ ਹਿਸਾਬ ਨਾਲ ਵਾਇਰਲ ਹੋ ਰਹੀ ਹੈ ਨਾ, ਸਮਾਰ ਦਾ ਮੈਂ ਚਿਹਰਾ ਦੇਖ ਕੇ ਹੈਰਾਨ ਆ। ਕਿਸੇ ਨੂੰ ਇਹ ਨਹੀਂ ਪਤਾ ਹੋਣਾ ਕਿ ਸਾਡੇ ਕੋਲ ਕੱਲ ਇੱਕ ਬੱਚਾ ਆਇਆ ਸੀਗਾ, ਵਿਚਾਰਾ ਮੈਂਟਲੀ ਅਪਸੈਟ ਹੋ ਗਿਆ ਕਿਸੇ ਬਿਮਾਰੀ ਕਰਕੇ, ਔਰ ਘਰਦਿਆਂ ਕੋਲ ਉਹਦੀ ਸਕੈਨ ਕਰਾਉਣ ਨੂੰ ਵੀ ਪੈਸੇ ਨਹੀਂ ਹੈਗੇ। ਡਾਕਟਰ ਨੂੰ ਸਕੈਨ ਲਿਖੇ 1 ਸਾਲ ਹੋ ਚੁੱਕਾ, ਪਰ ਖੁੱਲੜ ਪੀਜ਼ੇ ਵਾਲਿਆਂ ਦੀ ਵੀਡੀਓ ਜਿਹੜੀ ਉਹ ਇੱਕ ਇੱਕ ਮੋਬਾਈਲ ਦੇ ਵਿੱਚ ਪਹੁੰਚ ਚੁੱਕੀ ਹੈ। ਔਰ ਬਲੌਗਰ ਆਪਣਾ ਕੰਮ ਕਰ ਰਹੇ ਨੇ, ਰੋਸਟ ਕਰਨ ਵਾਲੇ ਆਪਣਾ ਕੰਮ ਕਰ ਰਹੇ ਨੇ। ਮੈਂ ਤਾਂ ਦੋਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਨ੍ਹਾਂ ਨੂੰ ਬਲੌਗਰਾਂ ਤੋਂ ਇੰਨੀ ਦਿੱਕਤ ਹੈ ਨਾ, ਜਿਵੇਂ ਹੁਣ ਮੈਂ ਆਪਣੀ ਗੱਲ ਕਰਾਂ ਤਾਂ ਪੰਜਾਬ 'ਚ ਇੱਕ ਭਰਾ ਹੈ, ਉਹ ਵੀਡੀਓਜ਼ ਬਣਾਉਂਦਾ ਹਨਾ, ਗੰਦੀਆਂ ਵੀਡੀਓਜ਼ ਬਣਾਉਂਦਾ, ਪਰ ਉਹ ਵੀਡੀਓ ਬਣਾਉਣ ਤੋਂ ਪਹਿਲਾਂ ਉਹਦੇ 'ਚ ਕਹਿ ਦਿੰਦਾ ਕਿ ਮੇਰੀ ਵੀਡੀਓ ਗੰਦੀ ਹੈ, ਚੰਗੇ ਬੰਦੇ ਚੰਗੀ ਚੀਜ਼ ਦੇਖਣ ਵਾਲੇ ਬੰਦੇ ਮੇਰੀ ਵੀਡੀਓ ਨਾ ਦੇਖਣ। ਉਹ ਕਹਿਣ ਤੋਂ ਬਾਅਦ ਵੀ ਉਹਦੀ ਵੀਡੀਓ 'ਚ ਲੱਖਾਂ ਵਿਊ ਨੇ, ਇਹਦੇ ਵਿੱਚ ਗਲਤ ਕੌਣ ਹੋਇਆ? ਤੁਸੀਂ ਸਮਾਜ ਦੇ ਵਿੱਚ ਗਲਤ ਜੋ ਲੋਕ ਕਰ ਰਹੇ ਨੇ ਜਾਂ ਦਿਖਾ ਰਹੇ ਨੇ ਆਪਣਾ ਕੰਟੈਂਟ, ਉਹ ਤੁਹਾਡੇ ਹੱਥ ਆ, ਤੁਸੀਂ ਦੇਖਣਾ ਕਿ ਨਹੀਂ ਦੇਖਣਾ। ਇੱਕ ਪਾਸੋਂ ਤੁਸੀਂ ਗੱਲ ਕਰਦੇ ਹੋ ਕਿ ਜੀ ਅਸੀਂ ਡੈਮੋਕ੍ਰੇਸੀ 'ਚ ਰਹਿੰਦੇ, ਹਰ ਬੰਦੇ ਨੂੰ ਹੱਕ ਹੈ ਆਪਣੇ ਵਿਚਾਰ ਰੱਖਣ ਦਾ, ਫਿਰ ਉਹ ਜਿਹੜਾ ਗੰਦ ਦਿਮਾਗ ਆ ਉਹਦਾ ਵੀ ਫਿਰ ਹੱਕ ਹੈ ਨਾ ਆਪਣੇ ਗੰਦ ਵਿਚਾਰ ਰੱਖਣ ਦਾ, ਤੁਸੀਂ ਕਿਉਂ ਦੇਖ ਰਹੇ ਹੋ? ਦੂਜੇ ਪਾਸੇ ਜਿਹੜੇ ਰੋਸਟਰਾਂ ਨੂੰ ਮਾੜਾ ਕਹਿੰਦੇ ਨੇ ਕਿ ਜੀ ਇਹ ਰੋਸਟ ਕਰਦੇ ਨੇ, ਯਾਰ ਦੇਖੋ ਸਾਰਾ ਇਹ ਜਿਹੜਾ ਸਰਕਲ ਹੈਗਾ ਨਾ, ਕਮਾਈ ਦਾ ਸਰਕਲ ਹੈ। ਵਲੌਗਰ ਯੂਟਿਊਬ ਤੇ ਕਿਉਂ ਬਣਾਉਂਦੇ ਨੇ ਵਲੌਗ ਵੀਡੀਓਜ਼? ਬਣਾਉਂਦੇ ਨੇ ਕਮਾਈ ਦਾ ਸਾਧਨ, ਸ਼ੌਂਕ ਨੂੰ ਤਾਂ ਇੱਕੋ ਹੀ ਬੰਦਾ ਵੀਡੀਓ ਬਣਾਉਂਦਾ ਦੁਨੀਆ 'ਚ, ਉਹ ਹੈ ਸੰਦੀਪ ਮਹੇਸ਼ਵਰੀ, ਮੇਰਾ ਉਹ ਗੁਰੂ ਹੈ। ਮੈਂ ਉਸ ਬੰਦੇ ਦੇ ਜ਼ਿੰਦਗੀ 'ਚ ਇੱਕ ਵਾਰੀ ਪੈਰੀ ਹੱਥ ਲਾਣਾ ਚਾਹੁੰਦਾ ਸੰਦੀਪ ਮਹੇਸ਼ਵਰੀ ਜੀ ਦੇ। ਉਸ ਬੰਦੇ ਨੇ ਵਾਕਿਆ ਹੀ ਆਪਣੇ ਇੱਕ ਮੋਟੀਵੇਸ਼ਨ ਨੂੰ ਇੱਕ ਇਹ ਰੂਪ ਦਿੱਤਾ ਕਿ ਮੈਂ ਤਾਂ ਕੋਈ ਕਮਾਈ ਨਹੀਂ ਲੈਣੀ, ਨਹੀਂ ਤਾਂ ਮੇਰੇ ਵਰਗਾ ਵੀ ਆਪਣਾ ਸੋਸ਼ਲ ਮੀਡੀਆ ਜਿਹਨੇ ਮੋਨੇਟਾਈਜ਼ ਕੀਤਾ ਹੋਇਆ, ਕਿਉਂਕਿ ਸਾਡੇ ਖਰਚੇ ਨੇ, ਗੱਡੀ ਚੱਲ ਰਹੀ ਹੈ, ਤੇਲ ਹੈ, ਪਰ ਉਹ ਬੰਦਾ ਉਹਨੇ ਆਪਣਾ ਅਜੇ ਤੱਕ ਸੋਸ਼ਲ ਮੀਡੀਆ ਮੋਨੇਟਾਈਜ਼ ਨਹੀਂ ਕੀਤਾ। ਕਿੰਨੇ 100 ਕਰੋੜਾਂ ਦੀ ਕਮਾਈ ਨੂੰ ਉਹਨੇ ਲੱਤ ਮਾਰਤੀ ਕਿ ਮੈਨੂੰ ਨਹੀਂ ਚਾਹੀਦੀ, ਮੈਂ ਸੇਵਾ ਕਰਨੀ, ਉਹਨੂੰ ਅਸਲ 'ਚ ਕਹਿੰਦੇ ਸੇਵਾ। ਪਰ ਜਿਹੜੇ ਵਲੌਗਰ ਨੇ ਉਹ ਵਲੌਗ ਦਿਖਾਉਂਦੇ ਨੇ, ਘਰ ਵਾਲੀਆਂ ਦਿਖਾਉਂਦੇ ਨੇ, ਜੋ ਮਰਜ਼ੀ ਦਿਖਾਉਂਦੇ ਨੇ, ਮੈਂ ਕਿਹਾ ਤੁਹਾਨੂੰ ਨਹੀਂ ਪਸੰਦ ਤੁਸੀਂ ਨਾ ਦੇਖੋ। ਔਰ ਜਿਹੜੇ ਉਹਨੂੰ ਰੋਸਟ ਕਰ ਰਹੇ ਨੇ, ਜੇ ਤੁਸੀਂ ਉਹਨਾਂ ਨੂੰ ਮਾੜਾ ਕਹਿੰਦੇ ਹੋ, ਯਾਰ ਉਹਨਾਂ ਦਾ ਵੀ ਕੰਮ ਹੈ। ਹੁਣ ਇੱਕ ਬੰਦਾ ਵਲੌਗ ਦਿਖਾ ਕੇ ਕਮਾਈ ਕਰ ਰਿਹਾ, ਇੱਕ ਬੰਦਾ ਉਹ ਵਲੌਗਾਂ ਨੂੰ ਮਾੜਾ ਕਹਿ ਕੇ ਕਮਾਈ ਕਰ ਰਿਹਾ, ਜਿਹੜੀ ਸਾਡੇ ਵਰਗੀ ਤੁਹਾਡੇ ਵਰਗੀ ਆਮ ਜਨਤਾ ਹੈ, ਯਾਰ ਆਪਾਂ ਦੇਖਣਾ ਨਾ ਕਿ ਆਪਾਂ ਕੀ ਵਾਚ ਕਰਨਾ ਕੀ ਨਹੀਂ ਵਾਚ ਕਰਨਾ। ਹੁਣ ਆ ਵੀਡੀਓ ਦੇਣੀਆਂ ਵਾਇਰਲ ਹੋ ਰਹੀਆਂ, ਮੈਂ ਆ ਵੀਡੀਓ ਬਣਾਉਣੀ ਨਹੀਂ ਸੀਗੀ, ਮੇਰੀ ਹੁਣੀ ਖੁੱਲੜ ਪੀਜ਼ੇ ਵਾਲੇ ਨਾਲ ਗੱਲ ਵੀ ਹੋਈ, ਮੈਂ ਹੌਸਲਾ ਹੀ ਦਿੱਤਾ ਉਹਨੂੰ ਹਨਾ, ਮੈਨੂੰ ਚੰਗਾ ਨਹੀਂ ਲੱਗ ਰਿਹਾ, ਕੱਲ ਦਾ ਬੜਾ ਬੁਰਾ ਫੀਲ ਹੋ ਰਿਹਾ ਕਿ ਜਿਹੜੇ ਲੋਕ ਮਜ਼ਾਕ ਉਡਾ ਰਹੇ ਨੇ ਕਿ ਉਹਨਾਂ ਨੂੰ ਵੀਡੀਓ ਬਣਾਉਣੀ ਹੀ ਨਹੀਂ ਚਾਹੀਦੀ ਸੀ। ਬਿਲਕੁਲ ਸਹਿਮਤ ਆ, ਨਹੀਂ ਬਣਾਉਣੀ ਚਾਹੀਦੀ ਸੀ, ਪਰ ਉਹਨਾਂ ਨੇ ਇੱਕ ਉਹ ਵੀਡੀਓ ਬਣਾਤੀ ਜੋ ਸਮਾਜ ਦੇ ਵਿੱਚ ਹੁੰਦਾ ਹੈ ਪਰਦੇ ਦੇ ਪਿੱਛੇ ਹਨਾ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਸਾਰਿਆਂ ਨੂੰ, ਮੇਰੀ ਵੀ ਕੱਲ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਉਹਨੂੰ ਕਿਹਾ ਯਾਰ ਜੇ ਸਾਡੀ ਵੀਡੀਓ ਇਦਾਂ ਵਾਇਰਲ ਹੋ ਜਾਵੇ, ਕਹਿੰਦਾ ਅਸੀਂ ਇਦਾਂ ਦੀ ਝੱਗ ਮਾਰਾਂਗੇ ਨਹੀਂ, ਅਸੀਂ ਆਹ ਕੰਮ ਕਰਾਂਗੇ ਨਹੀਂ, ਸਾਡੀ ਵੀਡੀਓ ਵਾਇਰਲ ਨਹੀਂ ਹੋਣੀ। ਮੈਂ ਕਿਹਾ ਚਲੋ ਠੀਕ ਹੈ, ਸਾਡੇ ਘਰਦਿਆਂ ਦੀ ਵੀਡੀਓ ਵਾਇਰਲ ਹੋ ਜਾਵੇ, ਤੁਸੀਂ ਹਨੀਮੂਨ ਮਨਾਉਣ ਗਏ ਕਿਸੇ ਹੋਟਲ ਦੇ ਵਿੱਚ, ਉੱਥੇ ਕੈਮਰਾ ਲੱਗਾ ਹੋਵੇ, ਤੁਹਾਡੀ ਵੀਡੀਓ ਵਾਇਰਲ ਹੋ ਜਾਵੇ, ਫਿਰ ਕਿੱਥੇ ਖੜੇ ਹੋ? ਤੁਹਾਡੇ ਅੱਗੋਂ ਵੰਸ਼ ਦੀ ਤੁਹਾਡੇ ਜਵਾਕ ਆ ਜਾਣ, ਉਹ ਵਲੌਗਰ ਬਣ ਜਾਣ, ਉਹਨਾਂ ਕੋਲ ਆਹ ਹੋ ਜਾਵੇ ਗਲਤੀ ਨਾਲ, ਫਿਰ ਆਪਾਂ ਕਿੱਥੇ ਖੜੇ ਹਾਂ? ਕੋਈ ਜਵਾਬ ਨਹੀਂ। ਸਮਾਜ ਦੇ ਵਿੱਚ ਜਿਹੜਾ ਗੰਦ ਹੈ ਨਾ, ਉਹ ਹਮੇਸ਼ਾ ਥਾਲੀਆਂ 'ਚ ਪਰੋਸ ਕੇ ਆਈ ਜਾਣਾ, ਤੁਸੀਂ ਇਹਨੂੰ ਰੋਕ ਨਹੀਂ ਸਕਦੇ, ਕਿਸੇ ਨੂੰ ਗਾਲਾਂ ਕੱਢ ਕੇ ਕਿਸੇ ਨੂੰ ਕ੍ਰਿਟੀਸਾਈਜ਼ ਕਰਕੇ ਨਹੀਂ ਰੋਕ ਸਕਦੇ। ਇੱਕੋ ਤਰੀਕਾ ਰੋਕਣ ਦਾ ਸਮਾਜ ਦੇ ਵਿੱਚ ਗਲਤ ਹੋ ਰਹੀਆਂ ਚੀਜ਼ਾਂ ਨੂੰ, ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰੋ। ਹਮੇਸ਼ਾ ਆਪਾਂ ਸਿੰਗਰਾਂ ਦੇ ਮੂੰਹੋਂ ਸੁਣਦੇ ਆਏ ਨਾ ਕਿ ਤੁਸੀਂ ਗਲਤ ਗੀਤ ਗਾਉਂਦੇ ਹੋ, ਤੁਸੀਂ ਆਹ ਕਹਿੰਦੇ, ਅਗਲੇ ਕਹਿੰਦੇ ਭਰਾਵਾ ਚੱਲਦੇ ਨੇ। ਹੁਣ ਮੈਂ ਦੱਸਿਆ ਤਾਂ ਹੈ ਕਿ ਇੱਕ ਬੱਚਾ ਸਾਡੇ ਕੋਲ ਆਇਆ ਜਿਹਨੂੰ ਸਕੈਨ ਦੀ ਲੋੜ ਹੈ, ਉਹਦੀ ਵੀਡੀਓ ਕਿਸੇ ਨੇ ਸ਼ੇਅਰ ਨਹੀਂ ਕੀਤੀ ਹੋਈ, ਜਿੰਨੀ ਵੀਡੀਓ 3 ਦਿਨਾਂ 'ਚ ਵਾਇਰਲ ਹੋ ਗਈ ਖੁੱਲੜ ਪੀਜ਼ੇ ਵਾਲਿਆਂ ਦੀ, ਕਾਸ਼ ਸਾਡੀ ਐਨਜੀਓ 'ਚ ਜਿਹੜੇ ਮਰੀਜ਼ ਰੋਜ਼ ਆਉਂਦੇ ਨੇ ਉਹਨਾਂ ਦੀ ਵੀ ਵਾਇਰਲ ਹੋ ਜਾਵੇ ਤੇ ਉਹਨਾਂ ਨੂੰ ਦੇਖ ਕੇ ਵੀ ਮਦਦ ਕਰਨ ਆ ਜਾਣ। ਅੱਜ ਜਿੰਨੇ ਰੋਸਟਰ ਬਲੌਗਰ ਅੱਜ ਉਹਨਾਂ ਦੀ ਵੀਡੀਓ ਪਾ ਪਾ ਕੇ ਵਿਊਜ਼ ਲੈ ਰਹੇ ਨੇ, ਕਦੀ ਏਕ ਜ਼ਰੀਆ ਫਾਊਂਡੇਸ਼ਨ 'ਚ ਵੀ ਚੱਕਰ ਲਾ ਕੇ ਇਹਨਾਂ ਦੇ ਵੀ ਦੇਖ ਜੋ ਹਾਲ, ਆ ਵੀਡੀਓ 'ਚ ਦੇਖੋ ਕਿੰਨਾ ਮਰੀਜ਼ ਰੋਜ਼ ਆਉਂਦਾ। ਔਰ ਪਿਛਲੇ 8 ਸਾਲਾਂ ਤੋਂ ਅਸੀਂ ਰੋਜ਼ ਵੀਡੀਓ ਪਾ ਰਹੇ ਹਾਂ, ਪਿੱਛੇ ਮੇਰੇ ਤੇ ਵੀ ਮੁੱਦਾ ਉੱਠਿਆ ਸੀਗਾ ਕਿ ਜੀ ਕਮਾਈ ਖਾਂਦੇ ਉਹ ਖਾਂਦੇ ਆ, ਉਸ ਤੋਂ ਬਾਅਦ ਤਾਂ ਕੋਈ ਸੂਰਮਾ ਨਹੀਂ ਆਇਆ ਕਿ ਭਾਈ ਅਸੀਂ ਵੀ ਐਨਜੀਓ ਚਲਾ ਕੇ ਹੁਣ ਸੋਸ਼ਲ ਮੀਡੀਆ ਦੀ ਕਮਾਈ ਖਾਵਾਂਗੇ, ਕਿਉਂਕਿ ਪਤਾ ਨਾ ਔਖਾ ਕੰਮ ਹੈ। ਮੇਰੇ ਵਾਂਗੂ ਗੱਡੀ 'ਚ ਬਹਿ ਕੇ ਵੀਡੀਓ ਬਣਾਉਣੀ ਬੜੀ ਸੌਖੀ ਹੈ, ਗੱਡੀ 'ਚੋਂ ਬਾਹਰ ਨਿਕਲ ਕੇ ਕੰਮ ਕਰਨਾ, ਮਰੀਜ਼ਾਂ ਨੂੰ ਮਿਲਣਾ, ਸਾਰਾ ਮੈਨੇਜ ਕਰਨਾ ਬੜਾ ਔਖਾ ਹੈ। ਔਰ ਜੇ ਐਨਜੀਓ ਦਾ ਕੰਮ ਕਰਕੇ ਕੋਈ ਪੈਸੇ ਕਮਾ ਰਿਹਾ ਤਾਂ ਮੈਂ ਇਨਵਾਈਟ ਕਰਦਾ ਤੁਹਾਨੂੰ ਸਾਰਿਆਂ ਨੂੰ, ਪਲੀਜ਼ ਕਮਾਓ, ਘੱਟੋ ਘੱਟ ਕਿਸੇ ਦਾ ਭਲਾ ਤਾਂ ਹੋ ਰਿਹਾ। ਪਰ ਘਰੇ ਬਹਿ ਕੇ ਆਪਾਂ ਇੱਕ ਦੂਜੇ ਨੂੰ ਨਿੰਦੀ ਜਾਂਦੇ ਹਾਂ, ਗਾਲਾਂ ਕੱਢੀ ਜਾਂਦੇ, ਬੜੀ ਮਾੜੀ ਗੱਲ ਹੈ ਯਾਰ। ਅਗਲਾ ਕੋਈ ਸੁਸਾਈਡ ਕਰ ਦੇਗਾ, ਕੁਛ ਕਰ ਦੇਗਾ, ਸਾਡੀ ਭੈਣ ਦੀ ਵੀਡੀਓ ਵਾਇਰਲ ਹੋ ਜਾਵੇ, ਸੋਚੋ ਇੱਕ ਮਿੰਟ ਲਈ, ਸਾਡੇ ਜੀਜੇ ਦੀ ਵੀਡੀਓ ਵਾਇਰਲ ਹੋ ਜਾਵੇ, ਟਾਈਮ ਦਾ ਕੁਛ ਨਹੀਂ ਪਤਾ ਹੁੰਦਾ। ਤੁਹਾਡੇ ਸਮਝ ਲਓ ਸਿਸਟਰ ਹਨੀਮੂਨ ਮਨਾਉਣ ਗਈ ਕਿਸੇ ਹੋਟਲ 'ਚ, ਉੱਥੇ ਕੈਮਰਾ ਲੱਗਿਆ, ਉੱਥੇ ਵੀਡੀਓ ਵਾਇਰਲ ਹੋ ਗਈ, ਕੀ ਕਰ ਲਉਂਗੇ ਉੱਥੇ? ਕਿਹੜਾ ਤੁਸੀਂ ਸਨੀ ਦਿਓਲ ਵਾਂਗੂ ਪੱਟ ਦੂੰਗੇ ਨਲਕਾ, ਫਿਰ ਪਿੱਟੂਗੇ? ਇਸ ਕਰਕੇ ਜੋ ਹੋ ਰਿਹਾ ਇਸ ਸਮਾਜ ਦੇ ਵਿੱਚ ਸਾਨੂੰ ਸਭ ਨੂੰ ਬਦਲਣਾ ਪੈਣਾ, ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ, ਜਿਹੜੀ ਚੰਗੀ ਚੀਜ਼, ਕੋਈ ਵਿਚਾਰਾ ਵਲੌਗਰ ਮਿਹਨਤ ਕਰ ਰਿਹਾ, ਹੁਣ ਅੱਜ ਕੱਲ੍ਹ ਮੈਂ ਦੇਖਿਆ ਸੋਸ਼ਲ ਮੀਡੀਆ
एक कुड़ी अश्लीलता दिखाती है तुम मिलियन व्यू दे देने पर एक कुड़ी मेहनत करके अपना बॉडी बना रही है या अपनी न्यूट्रिशन च लाइफ बना रही है मेहनत कर ओनू तुसी व्यू नहीं देंदे इहदे च फिर मोरैल ही डिगूगा लोगों का। इस करके समाज जिहड़ियां चीजां तुहानू लगदा कि नहीं तो उन्हूं ना देखो उन्हूं बाइकाट कर दो नहीं देखोगे आपे हट जाएंगे। हुण तुसी अखां पाड़ पाड़ देख रहे हो अगले का रोना अगले दे व्लॉग हुण कोई बंदा व्लॉग पाउंदा उहदा चल पैंदा अगला होर पाउंदा चल पैंदा होर पाउंदा होर चल पैंदा तुहानू नहीं पसंद ना देखो ओह देखो जो चंगा है। मेरी यही बेनती है कि रल मिल के इस चीज नूं रोकिया जावे ਇਹ ਨਾ ਹੋਵੇ ਕਿ ਵਿਚਾਰਾ ਬੱਚਾ ਉਹਨਾਂ ਦਾ ਦੁਨੀਆ ਚ ਆਇਆ ਚਾਰ ਦਿਨ ਨਹੀਂ ਹੋਏ ਕਿ ਉਹ ਗਲਤ ਕਦਮ ਚੱਕ ਲੈਣ ਤੇ ਅਸੀਂ ਵੀ ਵਿੱਚ ਪਾਪਾਂ ਦੇ ਭਾਗੀ ਬਣ ਜਾਈਏ। ਇਹ ਗੱਲ ਸੋਚ ਲਓ ਇਹ ਤੁਹਾਡੇ ਮਾਂ ਬਾਪ ਦੀ ਵੀ ਵੀਡੀਓ ਵਾਇਰਲ ਹੋ ਸਕਦੀ ਹੈ ਥੋੜੀ ਅਜੀਬ ਜੀ ਗੱਲ ਹੈ ਪਰ ਉਹਨਾਂ ਨੇ ਉਹੀ ਕੀਤਾ ਜੋ ਸਮਾਜ ਦਾ ਇੱਕ ਚਿਹਰਾ ਹੈ ਬਸ ਉਹ ਵੀਡੀਓ ਚ ਨਹੀਂ ਦਿਖਾਉਣਾ ਚਾਹੀਦਾ ਸੀ ਉਹ ਦਿਖ ਗਿਆ ਕਿ ਫੇਕ ਹੈ ਕਿ ਅਸਲੀ ਹੈ ਉਹ ਮੁੱਦਾ ਲੱਗ ਗਿਆ ਪਰ ਵਿਦਵਾਨ ਬਣ ਬਣ ਕੇ ਉਹਨਾਂ ਨੂੰ ਨਾ ਕ੍ਰਿਟੀਸਾਈਜ਼ ਕਰੋ ਨਾ ਰੋਸਟ ਕਰੋ ਤੁਹਾਡੀ ਵੀਡੀਓ ਚੱਲਣ ਦੇ ਚੱਕਰ ਚ ਤੁਸੀਂ ਕਮਾ ਲੂਗੇ ਵੀਡੀਓ ਤੋਂ ਲੱਖ ਰੁਪਇਆ 70,000 ਰੁਪਏ ਪਰ ਉਹਨਾਂ ਨੂੰ ਵਿਚਾਰਿਆਂ ਨੂੰ ਬੁਰਾ ਹਾਲ ਹੋਇਆ ਫਿਰ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਮਾੜਾ ਨਾ ਕਰੋ। ਮੇਰੀ ਬੇਨਤੀ ਹੈ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿ ਉਹ ਹਜੇ ਇੰਨੇ ਤਗੜੇ ਨਹੀਂ ਹੋਏ ਜਿਹੜੇ ਤੁਹਾਡਾ ਹੇਟ ਸੈਲਨ ਜਿਹੜੇ ਤਗੜੇ ਹੋ ਚੁੱਕੇ ਸੀ ਨਾ ਸਿੱਧੂ ਮੂਸੇ ਵਾਲੇ ਵਰਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਜਿਹੜੇ ਤਗੜੇ ਹੋ ਚੁੱਕੇ ਨੇ ਨਾ ਮੈਂਟਲ ਲੈਵਲ ਤੇ ਉਹਨਾਂ ਦੇ ਪਾਓ ਖਿਲਾਫ ਵੀਡੀਓ ਤੋਂ ਉਹਨਾਂ ਨੂੰ ਫਰਕ ਨਹੀਂ ਪੈਂਦਾ। ਦੇਸ਼ ਚ ਕਿਹੜੇ ਮੁੱਦੇ ਚੱਲ ਰਹੇ ਨੇ ਕੀ ਹੋ ਰਿਹਾ ਤੇ ਤੁਸੀਂ ਕੀ ਕਰ ਰਹੇ ਹੋ ਯਾਰ ਹੈਲਥ ਬਾਰੇ ਬੋਲੋ। ਪਰਸੋਂ ਇੱਕ ਸਿਵਲ ਹਸਪੀਟਲ ਚ ਲਾਸ਼ ਪਈ ਰਹਿ ਗਈ 24 ਘੰਟੇ ਤੋਂ ਬਾਅਦ ਕੋਈ ਚੱਕਣ ਨਹੀਂ ਆਇਆ ਇੱਕ ਬੱਚੇ ਨੂੰ ਇਲਾਜ ਨਾ ਹੋਣ ਕਰਕੇ ਹਸਪੀਟਲ ਚੋਂ ਕੱਢਤਾ। ਇਹਨਾਂ ਮੁੱਦਿਆਂ ਤੇ ਬੋਲੋ ਪੰਜਾਬ ਬਚਾਉਣ ਦੇ ਮੁੱਦਿਆਂ ਤੇ ਬੋਲੋ ਹੈਲਥ ਸਿਸਟਮ ਤੇ ਬੋਲੋ ਕਿ ਕੋਵਿਡ ਚਲਾ ਗਿਆ ਅੱਜ ਜੇ ਕੋਵਿਡ ਦੁਬਾਰਾ ਆ ਜਾਵੇ ਕਿੱਥੇ ਖੜੀ ਇੰਡੀਆ ਕਿੱਥੇ ਖੜਾ ਪੰਜਾਬ ਦੱਸ ਤਾਂ ਦਿਓ ਮੈਨੂੰ। ਪੰਜਾਬ ਚ ਕਿਹੜੇ ਨਵੇਂ ਹਸਪੀਟਲ ਖੁੱਲ ਚੁੱਕੇ ਨੇ ਕੋਵਿਡ ਦੀ ਤਿਆਰੀ ਲਈ? ਇੱਕ ਵੀ ਨਹੀਂ ਖੁੱਲਿਆ। 2 ਸਾਲ ਹੋ ਚੁੱਕੇ ਨੇ ਸਰਕਾਰ ਆਈ ਨੂੰ। ਸਰਕਾਰਾਂ ਨਾਲ ਮੱਥੇ ਲਓ ਸਿਸਟਮ ਨਾਲ ਮੱਥੇ ਲਓ ਜੇ ਵਾਕਈ ਆਪਣੇ ਆਪ ਨੂੰ ਤੁਸੀਂ ਸਮਝਦੇ ਹੋ ਕਿ ਅਸੀਂ ਬੰਦੇ ਆ ਕੀ ਤੁਸੀਂ ਫੈਮਿਲੀ ਮੈਟਰਾਂ ਚ ਪੈ ਕੇ ਵਿਊ ਖੱਟ ਰਹੇ ਹੋ। ਵਿਊ ਬਹੁਤ ਮਿਲਣਗੇ ਲੋਕਾਂ ਦੇ ਹੱਕ ਦੀ ਗੱਲ ਕਰੋ। ਹਸਪੀਟਲਾਂ ਜਾ ਕੇ ਮਰੀਜ਼ਾਂ ਦਾ ਹਾਲ ਪੁੱਛੋ ਲੋਕਾਂ ਕੋਲ ਦਵਾਈ ਲੈਣ ਜੋਗੇ ਪੈਸੇ ਹੈ ਨਹੀਂ। ਇੱਕ ਇੱਕ ਬੋਤਲ ਦਾ ਰੇਟ ਇੱਕ ਪਾਣੀ ਦੀ ਬੋਤਲ ਜਿਹੜੀ ਹਸਪੀਟਲਾਂ ਚ ਗਲੂਕੋਜ਼ ਦੇ ਨਾਮ ਤੇ ਲੱਗਦੀ ਹੈ ਉਹਦਾ MRP ਪੜੋ ਕਿੰਨਾ ਤੇ ਉਹ ਬਣਦੀ ਕਿੰਨੇ ਦੀ ਆ ਪੜੋ ਤੇ ਜਾ ਕੇ ਸਿਸਟਮ ਦੇ ਖਿਲਾਫ ਲੜੋ। ਦਵਾਈਆਂ ਦੀ MRP ਪੜੋ ਕਿੰਨੀ ਅਸਲ ਕੀਮਤ ਕਿੰਨੀ ਹੈ। ਜੈਨਰਿਕ ਦਵਾਈਆਂ ਦੇ ਉੱਤੇ 800 ਰੁਪਏ ਦਵਾਈ ਦਾ ਪੱਤਾ ਹੈ 800 ਰੁਪਏ ਲਿਖਿਆ ਹੁੰਦਾ ਦਵਾਈ ਦੀ ਕੀਮਤ 80 ਰੁਪਏ 100 ਰੁਪਏ ਤੇ ਬੋਲੋ। ਤੁਸੀਂ ਬੋਲ ਰਹੇ ਹੋ ਕਿਸੇ ਦੇ ਪਰਿਵਾਰ ਤੇ ਕਿਸੇ ਦੇ ਕਿਹਦੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਇਹ ਮੁੱਦੇ ਨਹੀਂ ਹੈ ਸਾਡੇ ਸਾਨੂੰ ਭਟਕਾਇਆ ਜਾ ਰਿਹਾ। ਪੰਜਾਬ ਦੀ ਯੂਥ ਨੂੰ ਬੇਨਤੀ ਹੈ ਅਕਲ ਨੂੰ ਹੱਥ ਮਾਰੋ। ਜਿਹੜੇ ਮੁੱਦਿਆਂ ਤੇ ਖੜਨ ਵਾਲੇ ਹੋ ਮਰਦਾਂ ਵਾਲੇ ਜਿਹੜੇ ਤੁਹਾਡੇ ਹੈਗੇ ਨੇ ਮਸਲੇ ਸੋਸਾਇਟੀ ਵਾਲੇ ਸਮਾਜ ਵਾਲੇ ਉਹਨਾਂ ਤੇ ਖੜੋ ਨਾ ਕਿਉਂ ਨਹੀਂ ਖੜਦੇ? ਇਸ ਮੁੱਦੇ ਨੂੰ ਬੰਦ ਕਰੋ। ਮੇਰੀ ਬੇਨਤੀ ਹੈ ਹੱਥ ਜੋੜ ਕੇ ਕੱਲ ਨੂੰ ਇਹ ਸਾਡੇ ਕਿਸੇ ਧੀ ਭੈਣ ਨਾਲ ਵੀ ਹੋ ਸਕਦਾ ਤੁਸੀਂ ਦੁਨੀਆ 'ਚ ਮਰ ਦੂਗੇ ਤੁਹਾਡੀ ਪੀੜ੍ਹੀ 'ਚ ਆਉਣ ਵਾਲਾ ਕੋਈ ਵਲੌਗਰ ਬਣ ਗਿਆ ਉਹਦੇ ਨਾਲ ਇਹ ਹੋ ਗਿਆ ਫਿਰ ਕਿੱਥੇ ਮੱਥਾ ਮਾਰੂਗੇ? ਉੱਪਰ ਬੈਠੇ ਹੱਸ ਰਹੇ ਹੋਗੇ ਕਿ ਸਾਡੇ ਪੋਤੇ ਪੜਪੋਤਿਆਂ ਨੇ ਕੀ ਕੰਮ ਕਰਤੇ। ਇਹਨੂੰ ਰੋਕ ਦਿਓ। ਜੋ ਹੋਣਾ ਸੀ ਹੋ ਗਿਆ ਜਿੱਥੇ ਤੱਕ ਵੀਡੀਓ ਜਾਣੀ ਸੀ ਚਲੀ ਗਈ। ਔਰ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਖੁੱਲੜ ਪੀਜ਼ੇ ਵਾਲਿਆਂ ਨੂੰ ਕਿ ਤੁਸੀਂ ਵੀ ਥੋੜੇ ਤਗੜੇ ਹੋਵੋ। ਇਹ ਲੋਕ 4 ਦਿਨ ਸਵਾਦ ਲੈਣਗੇ 5ਵੇਂ ਦਿਨ ਫਿਰ ਨਾਰਮਲ ਹੋ ਜਾਊਗਾ ਕੋਈ ਨਾ ਕੋਈ ਹੋਰ ਖਬਰ ਵਾਇਰਲ ਹੋ ਜਾਏਗੀ ਸੋਸ਼ਲ ਮੀਡੀਆ ਤੇ ਬੰਦ ਹੋ ਜਾਏਗੀ। ਲੋਕਾਂ ਨੇ ਦੇਖਣਾ ਹੀ ਕਲੇਸ਼ ਹੈ ਲੋਕਾਂ ਨੇ ਦੇਖਣਾ ਹੀ ਸਵਾਦ ਹੈ। ਮੈਂ ਦੱਸੀ ਤਾਂ ਜਾਂਦਾ ਇੱਕ ਮੁੰਡਾ ਇੰਸਟਾ ਯੂਟਿਊਬ ਤੇ ਵੀਡੀਓ ਬਣਾਉਂਦਾ ਗੰਨੀਆਂ ਵੀਡੀਓਜ਼ ਬਣਾਉਂਦਾ ਗਾਲਾਂ ਕੱਢਦਾ ਸ਼ਰਿਆਮ ਕਹਿੰਦਾ ਮੇਰੀ ਵੀਡੀਓ ਨਾ ਦੇਖੋ ਫਿਰ ਵੀ ਉਹਦੀ ਵੀਡੀਓ ਟ੍ਰੈਂਡਿੰਗ 'ਚ ਜਾਂਦੀ ਹੈ ਲੱਖ ਵਿਊ 5-5 ਲੱਖ ਵਿਊ। ਨਾ ਦੇਖੋ ਵੱਡੇ ਵਿਦਵਾਨ ਲੋਕਾਂ ਨੂੰ ਪਸੰਦ ਹੈ ਗੰਦ ਦੇਖਣਾ ਤੇ ਫਿਰ ਤੁਸੀਂ ਗੰਦ ਨਹੀਂ ਬੰਦ ਕਰ ਸਕਦੇ ਕਿਸੇ ਨੂੰ ਬਣਾਉਣ ਲਈ। ਤੁਸੀਂ ਕਿਸੇ ਨੂੰ ਕੁੱਟ ਕੇ ਥੋੜੀ ਬੰਦ ਕਰਾ ਲੂਗੇ ਤੂੰ ਆ ਗਲਤ ਕਰ ਰਹੇ ਹੋ। ਆਪਣੇ ਵਿਚਾਰ ਰੱਖੋ ਆਪ ਚੰਗਾ ਦਿਖਾਓ। ਅਸੀਂ ਇਕੱਲੇ ਬਹਿ ਕੇ ਲੋਕਾਂ ਨੂੰ ਮਾੜਾ ਨਹੀਂ ਬੋਲਦੇ ਕਿ ਆਹ ਗਲਤ ਆ ਗਲਤ। ਅਸੀਂ ਖੁਦ ਅੱਛਾ ਕਰ ਰਹੇ ਹਾਂ ਔਰ ਲੋਕਾਂ ਨੂੰ ਐਗਜ਼ਾਮਪਲ ਦੇ ਰਹੇ ਕਿ ਉਹ ਗਲਤ ਹੈ ਆਹ ਸਹੀ ਹੈ। ਸਮਝ ਮੇਰੀ ਗੱਲ ਨੂੰ। ਬਾਕੀ ਮੇਰਾ ਵੀ ਜੇ ਵਿਰੋਧ ਕਿਸੇ ਨੇ ਕਰਨਾ ਹੋਇਆ ਤਾਂ ਭਾਈ ਜੀ ਸਦਕੇ ਉਹ ਗੁਰਸਾਹਿਬ ਸਭ ਦੇ ਹਾਜ਼ਰ ਨਾਜ਼ਰ ਨੇ ਪਰਮਾਤਮਾ ਸਭ ਦਾ ਹਾਜ਼ਰ ਨਾਜ਼ਰ ਹੈ। ਮੈਂ ਤਾਂ ਬਸ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਜਿੰਨੇ ਵੀ ਬੰਦੇ ਮੇਰੀ ਵੀਡੀਓ ਦੇਖ ਰਹੇ ਨੇ ਇਸ ਚੀਜ਼ ਨੂੰ ਖਤਮ ਕਰ ਦਿਓ। ਪੋਜ਼ਿਟਿਵਿਟੀ ਸਮਾਜ 'ਚ ਫੈਲਾਓ। ਜਿਹੜੀਆਂ ਚੰਗੀਆਂ ਚੀਜ਼ਾਂ ਵਾਇਰਲ ਹੋਣੀਆਂ ਚਾਹੀਦੀਆਂ ਨੇ ਜਿਹੜੇ ਸਮਾਜ ਪ੍ਰਤੀ ਮੁੱਦੇ ਵਾਇਰਲ ਹੋਣੇ ਚਾਹੀਦੇ ਨੇ ਜਿਹੜੇ ਲੋਕ ਸਰਕਾਰਾਂ ਨਾਲ ਮੱਥੇ ਲਾ ਰਹੇ ਨੇ ਸਿਸਟਮ ਨਾਲ ਮੱਥੇ ਲਾ ਰਹੇ ਨੇ ਉਹਨਾਂ ਨੂੰ ਸਪੋਰਟ ਕਰੋ ਜਿਨ੍ਹਾਂ ਨੂੰ ਲੋੜ ਹੈ ਸਪੋਰਟ ਕਰਨ ਦੀ। ਤੁਸੀਂ ਆਹ ਕੀ ਮੁੱਦਿਆਂ 'ਚ ਅੜੇ ਹੋਏ ਹੋ ਯਾਰ? ਮੇਰੀ ਬੇਨਤੀ ਹੈ ਆਹ ਵੀਡੀਓ ਨੂੰ ਘਰ ਘਰ ਪਹੁੰਚਾਓ ਇਹਨਾਂ ਨੂੰ ਹੌਸਲਾ ਦਿਓ। ਕੋਈ ਚੱਕਰ ਨਹੀਂ ਜੋ ਹੋਣਾ ਸੀ ਉਹ ਹੋ ਗਿਆ ਅੱਗੋਂ ਦੀ ਧਿਆਨ ਰੱਖੋ ਸਿੱਖੋ ਇਹ ਚੀਜ਼ਾਂ ਤੋਂ। ਬਾਕੀਆਂ ਨੂੰ ਬੇਨਤੀ ਹੈ ਕਿ ਇਹ ਬੜੀ ਵੱਡੀ ਐਗਜ਼ਾਮਪਲ ਹੋ ਗਈ ਸਿੱਖੋ ਕਿ ਕਿੱਥੇ ਕੈਮਰਾ ਚਲਾਉਣਾ ਕਿੱਥੇ ਨਹੀਂ ਚਲਾਉਣਾ। ਔਰ ਉਹ ਵੀ ਗੱਲ ਛੱਡ ਦਿਓ ਮੈਂ ਗੱਲ ਨਾ ਗਲਤੀ ਨਾਲ ਹੀ ਕਿਸੇ ਦਾ ਕੰਮ ਹੋ ਜਾਵੇ ਯਾਰ ਕੋਈ ਕਮਰੇ 'ਚ ਵੈਸੇ ਹੀ ਕੈਮਰਾ ਲੱਗਾ ਹੋਵੇ ਫਿਰ ਕਿੱਥੇ ਖੜੇ ਆਪਾਂ। ਉਮੀਦ ਹੈ ਤੁਸੀਂ ਇਹ ਗੱਲਾਂ ਤੇ ਗੌਰ ਕਰੋਗੇ ਤਾਂ ਆਪਣੇ ਵਿਚਾਰ ਵੀ ਕਮੈਂਟਾਂ 'ਚ ਰੱਖਿਓ ਮੈਂ ਪੜੂੰਗਾ ਜ਼ਰੂਰ। ਧੰਨਵਾਦ।